ਸਤਿ ਸ਼੍ਰੀ ਅਕਾਲ ਜੀ ਚੋਣਾਂ ਦਾ ਮੌਸਮ ਆ ਰੰਗ-ਬਰੰਗੇ ਜਿਹੜੇ ਕਲਾਕਾਰ ਨੇ ਲੀਡਰ ਨੇ ਉਹ ਮੈਦਾਨ ਦੇ ਵਿੱਚ ਨੇ ਪਿੱਛੇ ਜੇ ਨਾਰਾ ਗੂੰਜਦਾ ਹੁੰਦਾ ਸੀਗਾ ਚਿੱਟੇ ਬਗਲੇ ਨੀਲੇ ਮੋਰ ਇਹ ਵੀ ਚੋਰ ਉਹ ਵੀ ਚੋਰ ਹੁਣ ਉਹਨਾਂ ਦੇ ਵਿੱਚ ਕਾਫੀ ਵਾਦਦਾ ਵੀ ਹੋ ਗਿਆ ਹੈਗਾ ਕਈ ਦੁੱਧ ਤੋਤੀਆਂ ਪਾਰਟੀਆਂ ਵੀ ਆ ਗਈਆਂ ਨੇ ਕੋਈ ਨਾ ਮਰਜੀ ਕਰਾਪਟ ਬੰਦਾ ਆ ਜਾਏ ਉਹਦੇ 'ਚ ਉਹ ਆ ਕੇ ਨਾਲ ਦੀ ਨਾਲ ਦੁੱਤੋਤਾ ਹੋ ਜਾਂਦਾ ਹੈਗਾ ਆ ਪਿੱਛੇ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਇੱਕ आशु बंगड़ा ਨੇ ਅਸਤੀਫਾ ਦਿੱਤਾ ਕੱਲ ਬੜਾ ਕੁਝ ਉਹਨੇ ਲਿਖਿਆ ਇਸ ਤਰ੍ਹਾਂ ਹੋਣਾ ਚਾਹੀਦਾ ਜੀ ਪਾਰਟੀ ਐ ਨਹੀਂ ਕਰਦੀ ਪਾਰਟੀ ਹੱਕ ਮਾਰਦੀ ਹੈ ਜੀ ਇਹ ਥੱਲੇ ਲਾ ਕੇ ਰੱਖਦੀ ਆ ਬੜੀਆਂ ਚੰਗੀਆਂ ਗੱਲਾਂ ਨੇ ਬਹੁਤ ਚੰਗੀਆਂ ਲੱਗਦੀਆਂ ਨੇ ਇਸ ਤਰ੍ਹਾਂ ਹੋਣਾ ਵੀ ਚਾਹੀਦਾ ਹੈਗਾ ਲੱਗਿਆ ਵੀ ਪਤਾ ਨਹੀਂ ਕੀ ਕਰੂਗਾ ਪਰ ਉਹ ਵੀਰਾ ਅੱਜ ਅੱਜ ਫੇਰ ਉਹਦੀ ਫੋਟੋ ਵਾਇਰਲ ਹੋ ਰਹੀ ਹੈ ਅੱਜ ਉਹ ਜਿਹੜਾ ਕਾਂਗਰਸ ਦਾ ਪੱਟਾ ਪਾ ਕੇ ਫੇਰ ਹੱਥ ਜੋੜੀ ਬੈਠੇ ਆਏਗਾ ਵੀ ਇਥੋਂ ਸਾਨੂੰ ਸਮਝ ਜਾਣਾ ਚਾਹੀਦਾ ਹੈ ਵੀ ਬੰਦੇ ਜਿਹੜੇ ਹੈਗੇ ਨੇ ਇਹਨਾਂ ਨੂੰ ਕੁਝ ਵੀ ਨਹੀਂ ਚਾਹੀਦਾ ਇਹਨਾਂ ਕੋਲੇ ਰੋਡ ਮੈਪ ਹੀ ਨਹੀਂ ਕਿਸੇ ਤਰ੍ਹਾਂ ਦਾ ਹੈਗਾ ਕੋਈ ਵੀ ਪਾਰਟੀ ਆ ਉਹ ਕਹਿੰਦੀ ਅਸੀਂ ਸਰਵੇ ਕਰਾਵਾਂਗੇ ਜੀ ਲੋਕਾਂ ਦੀਆਂ ਤਕਲੀਫਾਂ ਪੁੱਛਾਂਗੇ ਕੀ ਨੇ ਲੋਕਾਂ ਦੀਆਂ ਤਕਲੀਫਾਂ ਪਤਾ ਕਿਹਨੂੰ ਨਹੀਂ ਜੇ ਤੁਹਾਨੂੰ ਪਤਾ ਹੀ ਨਹੀਂ ਫਿਰ ਤੁਸੀਂ ਮਾਰਕੀਟ ਦੇ ਵਿੱਚ ਕੀ ਕਰਨਾ ਆ ਰਹੇ ਹੋਗੇ ਮਤਲਬ ਸਾਨੂੰ ਤੁਸੀਂ ਨੇ ਆਮ ਲੋਕਾਂ ਨੂੰ ਇੰਨੇ ਕੁ ਬੇਬੂਖ ਸਮਝ ਰੱਖਿਆ ਹੈ ਵੀ ਇਹਨਾਂ ਨੂੰ ਕੁਛ ਮਰਜ਼ੀ ਕਹਿ ਦੋ ਮੈਨੂੰ ਤਾਂ ਬੜੇ ਮਤਲਬ ਆਪਣੇ ਆਪ ਤੇ ਗਲਾਨੀ ਵੀ ਆਉਂਦੀ ਹੈ ਔਰ ਹੁੰਦਾ ਵੀ ਜਿਹੜਾ ਬੰਦਾ ਪਿਛਲੇ 5 ਸਾਲਾਂ ਤੋਂ ਕਾਫੀ ਕੁਸ਼ੀ ਗੱਲਾਂ ਕਹਿ ਕੇ ਗਿਆ ਸੱਥਾਂ ਦੇ ਵਿੱਚ ਆਮ ਲੋਕਾਂ ਦੇ ਪੈਰੀ ਹੱਥ ਲਾ ਕੇ ਆਇਆ ਕਰਦਾਂਗੇ ਜੀ ਉਹ ਕਰਦਾਂਗੇ ਉਹ ਫੇਰ ਆ ਕੇ ਕੁਛ ਕਰਿਆ ਕਰਾਇਆ ਕੁਛ ਨਹੀਂ ਦਿਹਾੜੀਦਾਰ ਤਬਕਾ ਉਹਨੂੰ ਪੀੜਿਆ ਜਾ ਰਿਹਾ ਹੈਗਾ ਨਰੇਗਾ ਦੇ ਕਾਰਡ ਨਹੀਂ ਅਜੇ ਤੱਕ ਇਹਨਾਂ ਨੇ ਪੂਰੇ ਬਣਨ ਦਿੱਤੇ ਉਹ ਕਹਿੰਦਾ ਜੀ ਤੁਸੀਂ ਬਣਵਾਓ ਜਦੋਂ ਇੱਕ ਸਰਕਾਰ ਦਾ ਹੁਕਮ ਹੈ ਅਸੀਂ ਨੇ ਲਾਗੂ ਕਰਤਾ ਉਹ ਪਤਾ ਯਾਰ ਰਿਕਾਰਡ ਸਾਰਾ ਕੋਲੇ ਆਨਲਾਈਨ ਪਿਆ ਹੈ ਜਾ ਕੇ ਉਹਨਾਂ ਦੇ ਕਾਰਡ ਘਰੇ ਭੇਜ ਦੋ ਛੋਟੇ ਕਿਸਾਨਾਂ ਦੇ ਕਾਰਡ ਨਰੇਗਾ ਦੇ ਬਣਨੇ ਸੀਗੇ ਉਹ ਅਮੀਰ ਸਿੰਘ ਕਹਿ ਕਹਿ ਕੇ ਵੀ ਥੱਕ ਲਿਆ ਬੇ ਛੋਟੇ ਕਿਸਾਨਾਂ ਦਾ ਵੀ ਬਣਨਾ ਹੈ 5 ਏਕੜ ਤੋਂ ਘੱਟ ਵਾਲਿਆਂ ਦਾ ਵੀ ਬਣਨਾ ਕਿੰਨੇ ਕਿ ਪਿੰਡਾਂ ਦੇ ਵਿੱਚ 5 ਏਕੜ ਤੋਂ ਘੱਟ ਵਾਲੇ ਕਿਸਾਨਾਂ ਦੇ ਬਣੇ ਹੋਏ ਨੇ ਕਿੰਨੇ ਕਿਸਾਨਾਂ ਨੂੰ ਖੁਦ ਪਤਾ ਹੈ ਔਰ ਉਹ ਖੁਦ ਬਣਵਾ ਸਕਦੇ ਨੇ ਅਸੀਂ ਅਸੀਂ ਖੁਦ ਅਪੰਗ ਨਾ ਇੰਨੇ ਹੋਈਏ ਇਹਨਾਂ ਇਹਨਾਂ ਨੇ ਕੁਝ ਨਹੀਂ ਦੇਣਾ ਇਹਨਾਂ ਦੇ ਆਪਣੀਆਂ ਜਾਇਦਾਦਾਂ ਵਧਾਈ ਜਾਂਦੇ ਨੇ ਹੈਰਾਨੀ ਹੁੰਦੀ ਹੈ ਵੀ ਇਹਨਾਂ ਦੇ ਬੱਚਿਆਂ ਨੇ ਵੀ ਇਸੇ ਵਾਤਾਵਰਣ ਦੇ ਵਿੱਚ ਰਹਿਣਾ ਇਸੇ ਵਾਤਾ ਇੱਥੋਂ ਹੀ ਪਾਣੀ ਪੀਣਾ ਹੈ ਇੱਥੋਂ ਹੀ ਭੋਜਨ ਖਾਣਾ ਹੈ ਜੇ ਸੁਰੱਖਿਆਤ ਹੋਣਗੇ ਤਾਂ ਉਹ ਵੀ ਇੱਥੇ ਹੋਣਗੇ ਹੁਣ ਕਿਸੇ ਨੂੰ ਥੋੜੀ ਪਤਾ ਰਸਤੇ 'ਚ ਜਦੋਂ ਰਾਤ ਨੂੰ ਜਾ ਰਿਹਾ ਹੈ ਵੇ ਮੰਤਰੀ ਸਾਹਿਬ ਦੇ ਸਾਡੇ ਰਿਸ਼ਤੇਦਾਰ ਨੇ ਜਾਂ ਉਹਨਾਂ ਦੇ ਧੀਆ ਪੁੱਤ ਨੇ ਕਿ ਉਹ ਤਾਂ ਉਹਦੀ ਪਤਾ ਲੱਗਦਾ ਜਦੋਂ ਕਾਰ ਦੇ ਫਰੰਟ ਸ਼ੀਸ਼ੇ ਤੇ ਡਾਟ ਇਟ ਵੱਜਦੀ ਹੈ ਵੀ ਵਿਚੋ ਦੇ ਕੌਣ ਸੀਗਾ ਦੂਜੀ ਦਿਨ ਖਬਰ ਆਉਂਦੀ ਹੈ ਇਸ ਤਰ੍ਹਾਂ ਨਹੀਂ ਨਹੀਂ ਕਰਨਾ ਚਾਹੀਦਾ ਸਾਨੂੰ ਸਾਡਾ ਹੀ ਸਮਾਜ ਹੈ ਰਾਜਨੀਤਿਕ ਲੋਕਾਂ ਨੂੰ ਵੀ ਹੱਥ ਛੋੜ ਕੇ ਬੇਨਤੀ ਹੈ ਔਰ ਆਮ ਆਵਾਮ ਨੂੰ ਵੀ ਬੇਨਤੀ ਹੈਗੀ ਹੈ ਆ ਜੋ ਆਪਾਂ ਇਹਨਾਂ ਨੂੰ ਸਮਝੀਏ ਇਹਨਾਂ ਤੋਂ ਦੂਰੀ ਬਣਾਈਏ ਵੋਟਾਂ ਪਾਈਏ ਜਰੂਰ 100% ਵੋਟ ਪਾਈਏ ਇੱਕ ਵਾਰੀ ਪੋਲਿੰਗ ਸਟੇਸ਼ਨ ਤੇ ਜਾਈਏ ਉੱਥੇ ਨੋਟਾ ਦਾ ਬਟਨ ਹੈਗਾ ਸਾਨੂੰ ਇਹ ਨਹੀਂ ਚੰਗੇ ਲੱਗਦੇ ਤਾਂ ਅਸੀਂ ਨੋਟਾ ਦਬਾ ਸਕਦੇ ਹਾਂਗੇ ਆਪਾਂ ਸਮਝਣ ਦਾ ਯਤਨ ਕਰਦੇ ਰਹਾਂਗੇ ਸਤਿ ਸ਼੍ਰੀ ਅਕਾਲ ਜੀ